ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਸੋ ਅੱਜ ਫਿਰ ਜੀ ਮੈਂ ਘੁੰਮਦਾ ਘੁੰਮਾਉਂਦਾ ਪਹੁੰਚ ਗਿਆ ਮਟਰੇਕਾ ਪਾਰਕ। ਇਸ ਜਗ੍ਹਾ ਦੀ ਵੀਡੀਓ ਤੁਸੀਂ ਪਹਿਲਾਂ ਵੀ ਮੇਰੇ ਚੈਨਲ 'ਤੇ ਦੇਖੀ ਹੋਣੀ ਹੈ ਜ਼ਰੂਰ, ਅਤੇ ਅੱਜ ਫਿਰ ਸਵਾਬ ਬਣਿਆ ਮੇਰਾ ਇੱਥੇ ਆਉਣ ਦਾ। ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਇੱਥੇ, ਤਾਂ ਮੇਰੇ ਇੱਕ ਫਰੈਂਡ ਸੀਗੇ, ਅਸੀਂ ਉਹ ਦੋਨੋਂ ਗਏ ਸੀ ਕਿਤੇ ਹੋਰ ਜਗ੍ਹਾ, ਉਸ ਤੋਂ ਬਾਅਦ ਅਸੀਂ ਇੱਥੇ ਆ ਗਏ। ਉਹ ਕਹਿੰਦਾ ਗੇਮਾਂ ਹੋ ਰਹੀਆਂ ਆਪਾਂ ਚੱਲਦੇ ਹਾਂ। ਸੋ ਇੱਥੇ ਆ ਕੇ ਬੜਾ ਵਧੀਆ ਲੱਗਿਆ, ਬੜਾ ਵਧੀਆ ਮਾਹੌਲ ਸੀਗਾ। ਉਹ ਜਿੱਦਾਂ ਹੈ ਨਹੀਂ ਪੰਜਾਬ 'ਚ ਮੇਲੇ ਵਾਲਾ ਮਾਹੌਲ ਹੁੰਦਾ, ਉਵੇਂ ਸਾਰਾ ਮੇਲੇ ਵਾਲੀ ਰੌਣਕ ਮੇਲਾ ਉਵੇਂ ਸੀਗਾ। ਐਤਵਾਰ ਕਰਕੇ ਰਸ਼ ਵੀ ਬਹੁਤ ਸੀ, ਥੋੜ੍ਹਾ ਜਿਹਾ ਮੀਂਹ ਪੈਂਦਾ ਸੀ, ਮੀਂਹ ਕਰਕੇ ਥੋੜ੍ਹਾ ਜਿਹਾ ਕੰਮ ਖਰਾਬ ਸੀ। ਬਾਕੀ ਓਵਰਆਲ ਬਹੁਤ ਵਧੀਆ ਜਗ੍ਹਾ ਸੀਗੀ, ਬੜਾ ਇੰਜੋਏ ਕੀਤਾ। ਆਪਣੇ ਇੰਡੀਆ ਤੋਂ ਵੀ ਕੁੜੀਆਂ ਦੀ ਟੀਮ ਆਈ ਹੋਈ ਸੀ ਇੱਥੇ, ਰੱਸਾਕਸ਼ੀ ਦੀ ਟੀਮ ਆਈ ਸੀਗੀ, ਪਰ ਅਨਫੋਰਚੁਨੇਟਲੀ ਉਹ ਹਾਰ ਗਈ ਟੀਮ। ਚਲੋ ਫਿਰ ਇਹ ਵਧੀਆ ਲੱਗਿਆ ਕੋਈ ਆਪਣੇ ਦੇਸ਼ ਤੋਂ ਆਉਂਦਾ, ਹੈ ਨਾ। ਅਤੇ ਹੋਰ ਵੀ ਕਾਫੀ ਕੰਟਰੀਆਂ ਤੋਂ ਟੀਮਾਂ ਆਈਆਂ ਹੋਈਆਂ ਸੀ, ਲੋਕਲ ਵੀ ਕਾਫੀ ਟੀਮਾਂ ਸੀਗੀਆਂ ਇੱਥੋਂ ਦੀਆਂ। ਅਤੇ ਜਿੱਦਾਂ ਰੱਸਾਕਸ਼ੀ ਦਾ ਸਪੈਸ਼ਲ ਜ਼ਿਆਦਾ ਸੀਗਾ। ਅਤੇ ਉਸ ਤੋਂ ਬਾਅਦ ਇੱਕ ਹੋਰ ਗੇਮ ਸੀ, ਉਹਦੇ ਮੈਨੂੰ ਪਤਾ ਨਹੀਂ ਨਾਮ ਕੀ ਹੈ, ਇਹਨਾਂ ਦੀ ਲੋਕਲ ਹੀ ਗੇਮ ਹੈ, ਮੈਂ ਪਹਿਲਾਂ ਦੇਖੀ ਨਹੀਂ ਕਿਤੇ। ਉਹ ਹੈ ਤਾਂ ਫੁੱਟਬਾਲ ਦੀ ਤਰ੍ਹਾਂ, ਪਰ ਉਹਦਾ ਗਰਾਊਂਡ ਵੀ ਛੋਟਾ ਸੀਗਾ, ਅਤੇ ਉਹਦੇ ਜਿਹੜੇ ਨੈੱਟ ਹੁੰਦਾ ਉਹ ਵੀ ਬਿਲਕੁਲ ਛੋਟੇ ਸੀਗੇ ਉਹਦੇ। ਅਤੇ ਉਹ ਵੀ ਮੈਂ ਦੇਖੀ, ਉਹ ਵੀ ਤੁਹਾਨੂੰ ਅੱਗੇ ਵੀਡੀਓ 'ਚ ਦੇਖਣ ਨੂੰ ਮਿਲੂਗੀ। ਅਤੇ ਬੜਾ ਵਧੀਆ ਮਾਹੌਲ ਸੀਗਾ, ਪੂਰਾ ਮੇਲੇ ਵਾਲਾ ਕੰਮ ਸੀਗਾ। ਹੁਣ ਕੁੜੀਆਂ ਦਾ ਮੈਚ ਸ਼ੁਰੂ ਹੋਣ ਲੱਗਿਆ ਜੀ। ਇੱਕ ਵਾਈਟ ਜਰਸੀ ਤਾਈਵਾਨ ਦੀਆਂ ਕੁੜੀਆਂ, ਦੂਸਰੀ ਸਾਈਡ ਮਲੇਸ਼ੀਅਨ, ਲੋਕਲ ਮਲੇਸ਼ੀਆ ਦੀਆਂ ਕੁੜੀਆਂ। ਅਤੇ ਪਰ ਮੈਚ ਬੜਾ ਘੈਂਟ ਸੀਗਾ, ਇਹ 'ਚ ਕੁੜੀਆਂ ਵੈਤਨਾਮ ਦੀ ਜਿੱਤ ਗਈਆਂ ਸੀ। ਦੇਖਣ ਨੂੰ ਨਰਮ ਜੀਆਂ ਹਲਕੀਆਂ ਲੱਗਦੀਆਂ ਸੀ, ਪਰ ਲੈ ਗਈਆਂ ਖਿੱਚ ਕੇ ਉਹ ਮਲੇਸ਼ੀਆ ਵਾਲੀਆਂ ਨੂੰ। ਅਤੇ ਇਹਨੇ ਮੁੰਡਿਆਂ ਦੀ ਟੀਮ ਵੀ ਆਈ ਸੀ, ਉਹ ਵੀ ਜਿੱਤ ਗਏ ਸੀ, ਮੁੰਡੇ ਵੀ ਤਕੜੇ ਸੀਗੇ ਇਹਨਾਂ ਦੇ। ਮਲੇਸ਼ੀਆ ਪਹਿਲਾਂ ਤਾਈਵਾਨ ਜਿੱਤ ਗਈ, ਹੁਣ ਸੈਕੰਡ ਰਾਊਂਡ ਆ, ਮਲੇਸ਼ੀਆ ਜਿੱਤਾ ਕੇ ਤਾਈਵਾਨ ਜਿੱਤਾ। ਰੱਸਾਕਸ਼ੀ ਜ਼ੋਰ ਲੱਗਿਆ ਦੋਨਾਂ ਦਾ ਪੂਰਾ ਪੂਰਾ, ਬੜੇ ਹਾਣੀ ਲੱਗੂ ਪਤਾ। ਹੱਸ ਗਿਆ ਜੀ ਮੈਚ, ਪੂਰਾ ਪੂਰਾ ਹੱਸ ਗਿਆ। ਕਈ ਵਾਰ ਖਿੱਚ ਲੈ ਗਿਆ, ਖਿੱਚ ਕੇ ਗਈ ਭਾਈ। ਤਾਈਵਾਨ ਲੈ ਗਿਆ ਜੀ, ਤਾਈਵਾਨ ਤਾਈਵਾਨ ਦੀਆਂ ਕੁੜੀਆਂ ਜਿੱਤ ਗਈਆਂ, ਤਗੜੀਆਂ ਸੀ ਕੁੜੀਆਂ। ਇਹ ਕੁੜੀਆਂ ਦੇਖੇ ਜੀ ਹਲਕੀਆਂ, ਤੁਸੀਂ ਨਰਮ ਵਧਾਈਆਂ ਜੀ ਤਾਈਵਾਨ ਵਾਲਿਆਂ ਨੂੰ। ਕਾਲਿੰਗ ਹੁਣ ਮੈਚ ਸ਼ੁਰੂ ਹੋਣ ਲੱਗੇ, ਵਾਈਟ ਜਰਸੀ ਜਾ ਮੁੰਡੇ ਤਾਈਵਾਨ ਦੇ, ਪਰ ਜਿਹੜੇ ਰੈਡ ਜਰਸੀ ਜਾ ਮੁੰਡੇ ਹੈਗੇ ਸਾਊਥ ਅਫਰੀਕਾ ਦੇ।
साउथ अफ्रीका के मुंडे तो सके तगड़े, पर जो अपना ताइवान वाले से इन्हें मैं टैक्नीक बड़ी वधिया लगी, कट्ठे पैर चलते थे। देखो ना कुड़ियां भी इन्हें सेम इदा ही से कट्ठे कि पैर आर्मी वाले फौजी नहीं मारते होंगे सलूट, उस हिसाब ना कट्ठे पैर जगते हैं, इन्हें तकनीक इन्होंने लगी जिता के जैन सिंह वाला भी वधिया से पर मुंडे लैके जित गए, उन्होंने तकनीक बड़ी वधिया लगी। ਹਾਂਜੀ ਆਪਣੇ ਇੰਡੀਆ ਦੀ ਟੀਮ ਹੈ ਰਸਾ ਕਸ਼ੀ ਜਾਈਆਂ, ਪਰ ਪੰਜਾਬ ਦੀ ਕੁੜੀ ਇੱਥੇ ਹੈ ਨਹੀਂ, ਕੋਈ ਵੀ ਸਾਊਥ ਸਾਈਡ ਦੀ ਕੁੜੀ ਸਾਰੇ ਜ਼ਿਆਦਾਤਰ ਆਪਣੇ ਕਿਤੇ ਤੜੀ ਨਾ ਮਾਤਾ ਕਰੀ ਉਹ ਡਰਮੇ ਯੋ ਯੋ ਪੱਕੇ ਸਤੂ ਯੋ ਯੋ ਦਾ ਡੋਰਾ ਮਾਇਨ ਤੋਂ ਦਲਾਂ ਕਰਾਂ ਵਾਟ ਫ੍ਰੀ ਅਪੋਸ ਮੋਗਨ ਇਸੂ ਕੈਟਾਗਰੀ ਸਾ ਮੈਚ ਹੋ ਗਿਆ ਸ਼ੁਰੂ। ਆਪਣੇ ਇਧਰਲੇ ਪਾਸੇ ਇੰਡੀਆ ਦੀਆਂ ਕੁੜੀਆਂ, ਦੂਸਰੇ ਪਾਸੇ ਮਲੇਸ਼ੀਆ ਦੀਆਂ ਕੁੜੀਆਂ, ਸ਼ਾਇਦ ਕੁੜੀਆਂ ਆਪਣੀ ਜਿੱਤ ਵੀ ਜਾਂਦੀਆਂ, ਪਰ ਉਹ ਟਾਈਮ ਬਾਰਿਸ਼ ਵੀ ਬਹੁਤ ਹੋਣ ਲੱਗੀ ਹੈ ਨਾ, ਤੇ ਬਾਰਿਸ਼ ਥੋੜਾ ਜਿਹਾ ਔਖਾ ਹੋ ਜਾਂਦਾ ਜਿਹੜੇ ਇੱਥੋਂ ਦੇ ਲੋਕ ਲਾ ਤਾਂ ਯੂਸ ਟੂ ਆ, ਕਿਉਂਕਿ ਬਾਰਿਸ਼ ਤੇ ਹੁੰਦੀ ਬਹੁਤ ਆ ਤੇ ਆਪਣੇ ਲੋਕਾਂ ਨੂੰ ਥੋੜ੍ਹਾ ਜਿਹਾ ਪਰੇਸ਼ਾਨੀ ਆਉਂਦੀ ਹੈ ਨਾ, ਬਹੁਤ ਜ਼ਿਆਦਾ ਮੀਂਹ ਆ ਗਿਆ ਸੀ ਇੱਕਦਮ, ਅਤੇ ਆਪਣੀਆਂ ਕੁੜੀਆਂ ਦੇ ਵਿਚਾਰੀਆਂ ਦੇ ਪੈਰ ਹੀ ਨਹੀਂ ਲੱਗੇ, ਵਿਚਾਰੀਆਂ ਬੜਾ ਸਟਰਗਲ ਹੀ ਕਰਦੀਆਂ ਰਹੀਆਂ, ਉਹ ਲੈ ਗਈਆਂ ਕੁੜੀਆਂ ਆਸਾਨੀ ਨਾਲ ਹੀ ਖਿੱਚ ਕੇ ਇਹਨਾਂ ਨੂੰ। ਆਹ ਗੇਮ ਦਾ ਨਹੀਂ ਮੈਨੂੰ ਪਤਾ ਜੀ ਗੇਮ ਕਿਹੜੀ ਹੈ, ਤਾਂ ਫੁੱਟਬਾਲ ਦੀ ਤਰ੍ਹਾਂ ਹੀ ਇਹ ਸ਼ਾਇਦ ਫੁੱਟਬਾਲ ਹੀ ਹੋਊਗੀ ਹੈ ਨਾ, ਕੋਈ ਇਹਨਾਂ ਨਾਮ ਕੁਛ ਹੋਰ ਹੋਣਾ, ਕਿਉਂਕਿ ਇਹਦਾ ਨੈੱਟ ਵੀ ਬਿਲਕੁਲ ਛੋਟਾ ਹੀ ਆ, ਗਰਾਊਂਡ ਵੀ ਛੋਟਾ ਅਤੇ ਪਲੇਅਰ ਵੀ ਆਈ ਥਿੰਕ ਥੋੜ੍ਹੀ ਸੀਗੇ ਇਹ 'ਚ। ਉਸ ਤੋਂ ਬਾਅਦ ਇੱਕ ਆ ਇਹਨਾਂ ਨੇ ਪਰੇਡ ਹੋਈ ਇੱਥੇ ਲੋਕਲ, ਇਹਨਾਂ ਦੀ ਆਈ ਥਿੰਕ ਜੁੱਡੂ ਕਰਾਟੇ ਕੀ ਹੁੰਦੇ ਆ ਉਹ ਹਿਸਾਬ ਦੇ ਕੁਛ ਸੀਗਾ, ਅਤੇ ਇਹਦਾ ਵੀ ਕੰਪੀਟੀਸ਼ਨ ਹੀ ਚੱਲ ਰਿਹਾ ਸੀਗਾ ਅਤੇ ਕਿਹੜਾ ਵੀ ਸੇਮ ਕਰਦੇ ਨੇ ਵਿੱਚ ਨਾ ਵੀ ਅੱਗੇ ਪਿੱਛੇ ਹੋ ਜਾਂਦੇ ਆ, ਮਿਊਜ਼ਿਕ ਦੇ ਹਿਸਾਬ ਨਾਲ ਕਰਨਾ ਸੀਗਾ, ਵੀ ਬੜੀਆਂ ਨਵੀਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਇੱਥੇ। ਸੋ ਇਹ ਸੀ ਜੀ ਮੇਰੀ ਅੱਜ ਦੀ ਵੀਡੀਓ, ਆਈ ਹੋਪ ਤੁਹਾਨੂੰ ਵਧੀਆ ਲੱਗੀ ਹੋ, ਜੇ ਵਧੀਆ ਲੱਗੀ ਤਾਂ ਪਲੀਜ਼ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਥੈਂਕਸ ਫੋਰ ਵਾਚਿੰਗ, ਬਣੇ ਰਹੋ ਮੇਰੇ ਨਾਲ ਹੋਰ ਵਧੀਆ ਵਧੀਆ ਵੀਡੀਓ ਦੇਖਣ ਵਾਸਤੇ। ਥੈਂਕ ਯੂ।